हां जी 12वीं क्लास ਦੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਚੈਨਲ ਪੰਜਾਬੀ ਕਲਾਸ ਅਰੇ ਦੇ ਵਿੱਚ ਤੁਹਾਡੀ ਜਿਹੜੀ ਕਾਫੀ ਡਿਮਾਂਡ ਸੀ ਅਸੀਂ ਲੈ ਕੇ ਆਏਗੇ ਕਲਾਸ 12वीं ਦਿੱਲੀ ਹਿਸਟਰੀ ਦਾ ਠੀਕ ਹੈ ਜੀ ਸਪਟੰਬਰ 2024 ਦਿੱਲੀ ਵੈਰੀ ਵੈਰੀ ਇੰਪੋਰਟੈਂਟ ਪੀਪਰ ਅਤੇ ਕਾਫੀ ਸਾਰੇ ਵਿਦਿਆਰਥੀ ਮੈਨੂੰ ਕਹਿ ਰਹੇ ਸੀਗੇ ਜਲਦੀ ਜਲਦੀ ਸਾਡੇ ਨਾਲ 2024 ਦਾ ਜਿਹੜਾ ਕਿ 2024 ਦੇ ਪੈਟਰਨ ਦੇ ਅਕੋਰਡਿੰਗ ਹੋਵੇ ਪੀਪਰ ਤਾਂ ਉਹ ਅੱਜ ਇਸ ਵੀਡੀਓ ਵਿੱਚ ਤੁਹਾਨੂੰ ਮਿਲੂਗਾ ਠੀਕ ਹੈ ਜੀ ਵੀਡੀਓ ਦੇ ਐਂਡ ਤੱਕ ਜਰੂਰ ਦੇਖਣਾ ਇਸ ਵੀਡੀਓ ਦੇ ਵਿੱਚ ਜਿੰਨੇ ਵੀ ਕਵੈਸ਼ਨ ਨੇਗੇ ਸਾਰੇ ਤੁਹਾਨੂੰ ਅਕੋਰਡਿੰਗ ਟੂ ਦਾ ਠੀਕ ਹੈ ਜੀ 2024 ਲੇਟੈਸਟ ਠੀਕ ਹੈ ਜੀ ਪੈਟਰਨ ਤਾਂ ਉਸ ਲੇਟੈਸਟ ਪੈਟਰਨ ਅਕੋਰਡਿੰਗ ਜਿਹੜਾ ਹੈ ਸੈਂਪਲ ਪੇਪਰ ਇੱਕ ਇਸ ਸੈਂਪਲ ਪੇਪਰ ਦਾ ਤੁਹਾਨੂੰ ਪਤਾ ਲੱਗ ਜੂਗਾ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਪੇਪਰ ਆਉਣ ਵਾਲਾ ਹੈਗਾ ਅਤੇ ਤੁਹਾਡੇ ਜਿਹੜੇ ਹੈਗੇ ਪੇਪਰ ਦੀ ਤਿਆਰੀ ਹੋ ਜੂਗੀ ਇਸ ਦੇ ਨਾਲ ਠੀਕ ਹੈ ਜੀ ਤੂੰ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਕਿ ਤੁਸੀਂ ਇਸ ਨੂੰ ਰਟਾ ਲਗਾ ਕੇ ਸਕੂਲ ਵਿੱਚ ਜਾ ਕੇ ਪੇਪਰ ਦੇਣਾ ਵੀ ਇਸ ਤਰ੍ਹਾਂ ਨਹੀਂ ਕਰਨਾ ਤੁਸੀਂ ਨੇ ਨਾਲ ਦੇ ਨਾਲ ਇਸ ਤੇ ਨਾਲ ਨਾਲ ਆਪਣੇ ਸਲੀਵਸ ਦੀ ਪੂਰੀ ਤਿਆਰੀ ਕਰਨੀ ਹੈ ਕਿਉਂਕਿ ਇਹ ਇੱਕ ਸੈਂਪਲ ਪੇਪਰ ਆ ਸੈਂਪਲ ਪੇਪਰ ਦੇ ਵਿੱਚ ਇੰਪੋਰਟੈਂਟ ਕੁਐਸਚਨ ਨੇ ਤੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਨੇ ਤੁਹਾਨੂੰ ਕਿਸ ਤਰ੍ਹਾਂ ਦਾ ਪੇਪਰ ਆਉਣ ਵਾਲਾ ਦਾ ਤੇ ਜਿਹੜਾ ਤੁਹਾਨੂੰ ਇਹ ਪੇਪਰ ਆ ਅਸੀਂ ਮਾਰਕਸ ਤੁਹਾਡਾ ਪੇਪਰ ਆ ਸਭ ਤੋਂ ਪਹਿਲਾਂ ਆਊਗਾ ਭਾਗ ਊੜੇ ਦੇ ਵਿੱਚ ਠੀਕ ਜੀ 1 ਕਿ ਗ੍ਰਾਮਪਰਾਂ ਵਾਲੀ ਕੁੰਜੀ ਹੋਣਗੇ ਜਿਹੜੀ ਕਿ ਹੋਣਗੇ 10 ਠੀਕ ਹੈ ਜਿਵੇਂ ਕਿ ਇਹਨੇ ਨੇ ਦਿੱਤਾ ਹੋਇਆ ਹੈਗਾ ਪਹਿਲਾ ਨਕਸ਼ੇ ਦੇ ਵਿੱਚ ਦਰਸਾਉਣੇ ਨੇਗੇ ਆ ਦੱਸਿਆ ਹੋਇਆ ਇਹਨਾਂ ਨੇ ਵੀ ਨਾ ਕਿਹੜਾ ਹੈਗਾ ਤਾਂ ਇਸ ਦਾ ਦੇਖੋ ਤੁਸੀਂ ਠੀਕ ਹੈ ਜੀ ਨਾਲ ਦੀ ਨਾਲ ਵੀਡੀਓ ਰੋਕ ਰੋਕ ਕੇ ਤੁਸੀਂ ਸੇਵ ਕਰ ਲੈਣੇਗੇ ਯਾਦ ਠੀਕ ਹੈ ਜੀ ਆਪਣੀ ਬੁੱਕ ਵਿੱਚ ਜਾਂ ਕਾਪੀ ਵਿੱਚੋਂ ਇਹਨਾਂ ਦੇ ਆਨਸਰ ਲੱਭ ਸਕਦੇ ਹੋਗੇ ਠੀਕ ਹੈ ਜੀ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਇਹਨਾਂ ਦੇ ਆਨਸਰ ਨੇ ਉਹ ਅਗਲੀ ਵੀਡੀਓ ਵਿੱਚ ਪਾ ਦਈਏ ਤਾਂ ਹੁਣੇ ਤੋਂ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਾਂ ਜਿਸ ਤਰ੍ਹਾਂ ਇਹ ਦਿੱਤੇ ਹੋਏ ਨੇਗੇ ਸਾਰੇ ਤੁਸੀਂ ਦੇਖ ਲੈਣਾ ਮੈਂ ਹੌਲੀ ਹੌਲੀ ਜਿਹੜੀ ਹੈਗੇ ਵਿੰਡੋ ਸ ਕਰੋਲ ਕਰ ਰਿਆਂਗਾ ਠੀਕ ਹੈ ਜੀ ਜਿਵੇਂ ਕਿ ਚੌਥਾ ਕੁਐਸਚਨ ਆ ਗਿਆ ਇਹਨਾਂ ਵਿੱਚ ਆਪਸ਼ਨਾਂ ਨੇਗੇ ਠੀਕ ਹੈ ਜੀ ਆਪਸ਼ਨ ਤੁਸੀਂ ਨੇ ਇਹ ਟਿਕ ਕਰਨੀਆਂ ਨੇਗੀਆਂ ਠੀਕ ਹੈ ਜੀ ਤਾਂ ਤੁਸੀਂ ਦੇਖ ਸਕਦੇ ਹੋਗੇ ਪੰਜ ਹੋ ਗਏ ਨੇਗੇ ਠੀਕ ਹੈ ਜੀ ਇਹ ਪੰਜੇ ਨੇਗੇ ਜਿਹੜੇ ਇੱਕ ਨੰਬਰ ਵਾਲੇ ਨੇਗੇ ਤਾਂ ਇਸ ਤੋਂ ਬਾਅਦ ਆ ਗਿਆ ਸੇਮੇ ਨੰਬਰ ਤੇ ਆ ਗਿਆ ਠੀਕ ਹੈ ਜੀ ਇਹਨਾਂ ਵਿੱਚ ਤੁਸੀਂ ਨੇ ਗਲਤ ਦੱਸਿਆ ਇਹਨਾਂ ਕਿਹੜਾ ਹੈਗਾ ਤਾਂ ਇਹ ਤੁਸੀਂ ਦੇਖੋ ਸਾਰੇ ਜਿਹੜੇ ਹੈਗੇ ਨੇ ਇੱਕ ਇੱਕ ਨੰਬਰਾਂ ਵਾਲੇ ਤਾਂ 1 ਕਿਰਮ ਬਰ ਵਾਲੇ ਹੁੰਦੇ ਨੇ ਜਿਹੜੇ ਰਿਪੀਟਡ ਹੀ ਹੁੰਦੇ ਨੇਗੇ ਤਾਂ ਰਿਪੀਟਡ ਜਿਹੜੇ ਹੈਗੇ ਨੇ ਤੁਹਾਨੂੰ ਆਸਾਨੀ ਨਾਲ ਮਿਲ ਜਾਣਗੇ ਹਾਂਜੀ ਇਸ ਤੋਂ ਬਾਅਦ ਆ ਰਿਹਾ ਆਪਣੇ ਕੋਲੇ ਨੰਬਰ 11 ਤੋਂ ਲੈ ਕੇ ਨੰਬਰ ਠੀਕ ਹੈ ਜੀ 9 ਤੱਕ ਨੇ ਜਿਹੜੇ ਕੁਐਸ਼ਨ ਹੋ ਉਹ ਤੁਹਾਨੂੰ ਇਸ ਪੈਰੇ ਵਿੱਚੋਂ ਮਿਲਣਗੇ ਠੀਕ ਹੈ ਜੀ ਜਿਵੇਂ ਕਿ ਪੈਰਾ ਪੜਿਆ ਦਿੱਤਾ ਹੋਇਆਗਾ ਤੁਸੀਂ ਇਸ ਨੂੰ ਪੜ੍ਹਨਾਗਾ ਅਤੇ ਉਸ ਤੋਂ ਬਾਅਦ ਤੁਸੀਂ ਨੇ ਜਿਹੜੇ ਨੀਚੇ ਕੁਐਸ਼ਨ ਦਿੱਤੇ ਹੋਏ ਨੇ ਉਹਨਾਂ ਦੇ ਤੁਸੀਂ ਨੇ ਆਨਸਰ ਦੇਣੇ ਹੈਗੇ ਠੀਕ ਹੈ ਜੀ ਜਿਹੜਾ 10ਵਾਂ ਕੁਐਸ਼ਨ ਆ ਉਸ ਦਾ ਆਨਸਰ ਨਹੀਂ ਤੁਹਾਨੂੰ ਮਿਲੇਗਾ ਇਸ ਵਿੱਚੋਂ ਇਹ ਤੁਸੀਂ ਨੇ ਆਪਣੇ ਆਪ ਇਸ ਦਾ ਆਨਸਰ ਦੇਣਾਗਾ ਠੀਕ ਹੈ ਜੀ ਇਸ ਤੋਂ ਬਾਅਦ ਆਊਗਾ ਤੁਹਾਨੂੰ ਭਾਗ ਐਡਾ ਭਾਗ ਐਡਾ ਦੇ ਵਿੱਚ ਵੀ 5 ਕੁਐਸ਼ਨ ਹੋਣਗੇ ਜਿਹੜੇ ਕਿ 1 ਨੰਬਰ ਵਾਲੇ ਹੋਣਗੇ ਪਹਿਲਾ ਆ ਗਿਆ ਦੋਲਤਖਾਂ ਲੋਧੀ ਇੱਕ ਇੱਕ ਲੈਨਅਪ ਵਾਲੇ ਕਵੈਸ਼ਨ ਨੇ ਇਹ ਤੁਸੀਂ ਨੇ ਇਹਨਾਂ ਦੇ ਉੱਤਰ ਦੇਣੇ ਆ ਠੀਕ ਹੈ ਜੀ ਇਸ ਤੋਂ ਬਾਅਦ ਦੂਜਾ ਕਵੈਸ਼ਨ ਹੈਗਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫਾਰਸੀ ਦਾ ਗਿਆਨ ਕਿਸ ਤੋਂ ਪ੍ਰਾਪਤ ਕੀਤਾ ਏਕ ਨੰਬਰ ਦਾ ਇਸ ਤੋਂ ਬਾਅਦ ਦੂਜਾ ਹੈਗਾ ਸ੍ਰੀ ਗੁਰੂ ਅਮਰਦਾਸ ਜੀ ਨੇ ਸਭ ਤੋਂ ਪਹਿਲਾਂ ਕਿਸ ਪਾਸੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਕੁਝ ਸ਼ਬਦ ਸੁਨੇ ਸਨ ਕਿਸ ਤੋਂ ਸੁਨੇ ਸਨ ਇਸ ਵਾਰ ਚੌਥਾ ਗਾ ਕਾਲ ਤਖਤ ਸਾਹਿਬ ਦੀ ਨੀਂਹ ਕਦੋਂ ਰੱਖੀ ਗਈ ਇਸ ਤੋਂ ਬਾਅਦ ਪੰਜਵਾਂ ਖਾਲਸਾ ਦੀ ਮਾਤਾ ਕਿਸ ਨੂੰ ਕਿਹਾ ਜਾਂਦਾ ਹੈ 1 ਨੰਬਰ ਦਾ ਇਸ ਵਾਰ ਭਾਗ ਦੇ ਵਿੱਚ ਆਉਣਗੇ ਤੁਹਾਨੂੰ ਹਾਂਜੀ 6 ਪ੍ਰਸ਼ਨ ਪੁੱਛੇ ਜਾਣਗੇ ਠੀਕ ਹੈ ਸੀਆਂ ਦੇ ਵਿੱਚ ਸੀ ਨੇ ਹੈਗੇ ਨੇ ਜਿਹੜੇ ਉਹ ਦਿਨ ਤੇ ਨੰਬਰ ਦੇ ਤਾਂ 18 ਹੋਗੇ ਨੇ ਠੀਕ ਹੈ ਜੀ ਬੈਸਟ ਹੈ ਜਿਹੜੇ ਹੋਣਗੇ ਕਾਫੀ ਨੇਗੇ ਇਹਨੂੰ ਤਲੀਫੀ ਦਿੱਤਾ ਵੀ ਨਾ ਕੋਈ 6 ਪ੍ਰਸ਼ਨ ਕਰਨੇ ਹੋਣਗੇ ਹਰੇਕ ਭਾਗ ਵਿੱਚੋਂ ਤਿੰਨ ਪ੍ਰਸ਼ਨ ਕਰਨੇ ਕਰਨੇ ਜ਼ਰੂਰੀ ਹਨ ਹਰੇਕ ਪ੍ਰਸ਼ਨ ਦਾ ਉੱਤਰ 30 ਤੋਂ ਲੈ ਕੇ 35 ਸ਼ਬਦਾਂ ਵਿੱਚ ਦੇਣਾ ਹੈ ਹਰੇਕ ਭਾਗ ਦੇ ਵਿੱਚ ਕੋਈ ਤਿੰਨ ਕਰਨੇ ਆ ਠੀਕ ਹੈ ਜਿਵੇਂ ਕਿ ਏ ਭਾਗ ਆ ਗਿਆ ਇਸ ਦੇ ਵਿੱਚ ਕੋਈ ਤੁਸੀਂ ਨੇ ਕਰਨੇ ਆ ਤਿੰਨ ਤੁਹਾਨੂੰ ਦਿੱਤੇ ਗਏ ਨੇ ਪੰਜ ਇਸ ਤੋਂ ਬਾਅਦ ਬੀ ਆ ਗਿਆ ਬੀ ਭਾਗ ਦੇ ਵਿੱਚ ਤੁਸੀਂ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦਵਾ ਤੋਂ ਦਿਖਾ ਦੇਣਾ ਇਹ ਤਿੰਨ ਤਿੰਨ ਨੰਬਰ ਦੇ ਨੇ ਕੋਈ ਇਹਨਾਂ ਦੇ ਵਿੱਚੋਂ ਕਰਨੇ ਨੇ ਤਿੰਨ ਤੁਸੀਂ ਰੋਕ ਕੇ ਵੀਡੀਓ ਨੂੰ ਪੜ੍ਹ ਲੈਣੇ ਆਂਗੇ ਠੀਕ ਹੈ ਜੀ ਇਸ ਤੋਂ ਬਾਅਦ ਆ ਗਿਆ ਤੁਹਾਡੇ ਕੋਲ ਬੀ ਸੈਕਸ਼ਨ ਬੀ ਸੈਕਸ਼ਨ ਦੇ ਵਿੱਚ ਵੀ ਹੈਗੇ ਨੇ ਆਪਣੇ ਕੋਲੇ ਚਾਰ ਕੁਐਸਚਨ ਚਾਰਾਂ ਦੇ ਵਿੱਚ ਕੋਈ ਤਿੰਨ ਕਰਨੇ ਆ ਇਸ ਤੋਂ ਬਾਅਦ ਭਾਗ ਸ ਆ ਗਿਆ ਭਾਗ ਸ ਹੈਗਾ ਜਿਹੜਾ ਉਹ ਹੈਗਾ ਆਪਣੇ ਕੋਲੇ ਅਜੇ ਹੇਠ ਦਿੱਤੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਤੇ ਉਹਨਾਂ ਨੂੰ ਜਵਾਬ ਦੇਣੇ ਆਗੇ ਚਲੋ ਆਪਾਂ ਜਿਹੜਾ ਇਹ ਹੈਗਾ ਸੇ ਨੰਬਰ ਦਾ ਹੈਗਾ ਠੀਕ ਹੈ ਜੀ ਸੇ ਕੁਸ਼ਨ ਨੇਗੇ ਸੇ ਹੈਗੇ ਨੇ ਜਿਹੜੇ ਉਹ ਇੱਕ ਹੀ ਨੰਬਰ ਦੇ ਨੇ ਆ ਆਪਣੇ ਕੋਲ ਪੈਰਾ ਦਿੱਤਾ ਹੋਇਆ ਵੀਡੀਓ ਨੂੰ ਰੋਕ ਕੇ ਇਸ ਪੈਰੇ ਨੂੰ ਪੜ੍ਹ ਲਓ ਠੀਕ ਜੀ ਜਦੋਂ ਤੁਸੀਂ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਕਿ ਇਹ ਇੱਕ ਤੁਸੀਂ ਕਿਸ ਤਰ੍ਹਾਂ ਹੈ ਜਿਹੜਾ ਹੈਗਾ ਸੋਲਵ ਕਰਨਾ ਪੈਰਾ ਪੈਰਾ ਸੋਲਵ ਹੁੰਦਾ ਹੁੰਦਾ ਜਦੋਂ ਤੁਸੀਂ ਇਸ ਨੂੰ ਪੜ੍ਹ ਲਿਆ ਸਾਰੇ ਨੂੰ ਤਾਂ ਉਸ ਤੋਂ ਬਾਅਦ ਤੁਸੀਂ ਨੇ ਕੌਂਸ਼ਨਾ ਵੱਲ ਝਾਤੀ ਮਾਰਨੀ ਹੈ ਠੀਕ ਹੈ ਜੀ ਲੋਕ ਕੌਨਸਟੈਂਟ ਵਾਲ ਤੁਸੀਂ ਦੇਖੋਗੇ ਤਾਂ ਤੁਹਾਨੂੰ ਆਸਾਨੀ ਦੇ ਨਾਲ ਜਿਹੜੇ ਆਨਸਰ ਨੇ ਉਹ ਮਿਲ ਜਾਣਗੇ ਤਾਂ ਜਿੰਨੇ ਦਿੱਤੇ ਹੋਏ ਨੇ ਇਹ 6 ਪ੍ਰਸ਼ਨ ਨੇਗੇ ਸਿੱਧੇ-ਸਿੱਧੇ ਤੁਹਾਨੂੰ ਉੱਤਰ ਦੇਣਾ ਪੂਗਾ 6 ਦੇ 6 ਹੈਗੇ ਨੇ 1 ਨੰਬਰਾਂ ਵਾਲੇ ਠੀਕ ਹੈ ਜੀ ਇਹਨਾਂ ਨੂੰ ਦੇਖੋ ਇਸ ਤੋਂ ਬਾਅਦ B ਸੈਕਸ਼ਨ ਆ ਗਿਆ ਆਪਣੇ ਕੋਲੇ ਜਿਵੇਂ ਕਿ ਇਹ ਵੀ ਇੱਕ A B C D ਇੱਕ ਟੂਰ ਪਲਾਨ ਕਰਦੇ ਹਨ ਤੇ ਇਹ ਵੀ ਇੱਕ ਪੈਰਾ ਹੈਗਾ ਇਸ ਨੂੰ ਵੀ ਤੁਸੀਂ ਪੜ੍ਹਨਾ ਹੈਗਾ ਠੀਕ ਹੈ ਤਿੰਨ ਕਵੈਸ਼ਨ ਇੱਥੇ ਇੱਥੇ ਲਿਖਿਆ ਹੋਣੀ ਨੀਚੇ ਤਾਂ ਇਸ ਨੂੰ ਦੇਖੋ ਤਾਂ ਵੀਡੀਓ ਰੋਕ-ਰੋਕ ਕੇ ਸਾਰੇ ਪੜ੍ਹ ਲੈਣਿਆ ਹਾਂਜੀ ਤਿੰਨ ਜਿਹੜੇ ਹੈਗੇ ਨੇ ਉਹ ਇੱਧਰ ਨੇ ਸੀਰੀਅਲ ਨੰਬਰ ਦਾ ਇਹ ਹੋ ਗਿਆ ਇਸ ਤੋਂ ਬਾਅਦ ਭਾਗ ਹਾ ਹਾ ਆ ਗਿਆ ਠੀਕ ਹੈ ਜੀ ਇੱਕ ਮਿੰਟ ਆਪਾਂ ਪਿਛਲਾ ਭਾਗ ਦੇਖਦੇ ਆ ਵੀ ਨਾ ਇਸ ਦੇ ਵਿੱਚ ਕੋਈ ਅੰਜਾਮ ਵਾਲਾ ਤਾਂ ਨਹੀਂ ਹੈਗਾ ਹਾਂਜੀ ਤਾਂ ਜਿਹੜਾ ਆ ਗਿਆ ਆਪਣੇ ਕੋਲ ਭਾਗ ਹਾ ਹਾ ਆ ਗਿਆ ਭਾਗ ਹਾ ਹਾ ਦੇ ਵਿੱਚੋਂ ਕੋਈ ਦੋ ਪ੍ਰਸ਼ਨ ਦਾ ਉੱਤਰ ਦੇਣੇ ਨੇਗੇ ਠੀਕ ਹੈ ਜੀ ਹਰੇਕ ਪ੍ਰਸ਼ਨ ਲਈ ਜਿਹੜੇ ਉਹ ਹੈਗੇ ਨੇ 100 ਤੋਂ ਲੈ ਕੇ 150 ਦੇ ਵਿੱਚ ਦੇਣਾ ਹੈ ਠੀਕ ਹੈ ਜੀ ਤਾਂ ਇਹ ਜਿਹੜੇ ਹੈਗੇ ਨੇ ਤੁਹਾਨੂੰ ਚਾਰ ਪੁੱਛੇ ਗਏ ਨੇ ਕਿ ਚਾਰਾਂ ਹਨ ਚਾਰੇ ਹੈਗੇ ਨੇ ਜਿਹਦੇ 5-5 ਨੰਬਰ ਦੇਣੇਗੇ ਠੀਕ ਹੈ ਜਿਵੇਂ ਕਿ ਇੱਥੇ ਦਿੱਤੇ ਹੋਏ ਨੇ ਚਾਰ ਠੀਕ ਹੈ ਇਹਨਾਂ ਚਾਰਾਂ ਵਿੱਚੋਂ ਕੋਈ ਤੁਸੀਂ ਨੇ ਦੋ ਦੇ ਉੱਤਰ ਦੇਣੇ ਨੇਗੇ ਠੀਕ ਹੈ ਦੋ ਦੇ ਦੇ ਸਕਦੇ ਹੋਗੇ ਇਹ ਪਹਿਲੇ ਭਾਗ ਦੇ ਵਿੱਚੋਂ ਅਤੇ ਬੀ ਹੈ ਜਿਹੜਾ ਬੀ ਭਾਗ ਇਸ ਦੇ ਵਿੱਚ ਵੀ ਚਾਰਾਂ ਦੇ ਵਿੱਚੋਂ ਕੋਈ ਤੁਸੀਂ ਨੇ ਦੋ ਦੇ ਉੱਤਰ ਦੇਣੇ ਆ ਇਹ ਹੈਗੇ ਨੇ ਤੁਹਾਨੂੰ 5-5 ਨੰਬਰ ਦੇ ਠੀਕ ਹੈ ਜੀ ਇਸ ਤੋਂ ਬਾਅਦ ਆ ਗਿਆ ਭਾਗ ਆਪਣੇ ਕੋਲ ਕਕਾ ਭਾਗ ਕਕ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਸੇ ਨੰਬਰ ਤੇ ਮਾਨ ਚਿੱਤਰ ਠੀਕ ਹੈ ਜੀ ਇਹ ਹੈਗੇ ਜਿਹੜਾ ਆਪ ਨੂੰ ਤਿੰਨ ਨੇਗੇ ਇਹ ਇਹ 5-5 ਨੰਬਰ ਦੇਣੇਗੇ ਠੀਕ ਹੈ ਜੀ 5 ਨੰਬਰ ਦਾ 1 ਹੈ ਤੇ ਇਹਨਾਂ ਦੇ ਵਿੱਚ ਜਾਂ ਦਿੱਤਾ ਹੋਇਆ ਹੈਗਾ ਤੁਹਤੋਂ ਅਸੀਂ ਦੋਨਾਂ ਦੇ ਵਿੱਚ ਕੋਈ ਇੱਕ ਕਰ ਸਕਦੇ ਹੋਗੇ ਠੀਕ ਹੈ ਜੀ ਇਸ ਨੂੰ ਦੇਖੋ ਤਾਂ ਏਸੀ ਜਿਹੜਾ ਤੁਹਾਡਾ ਪੇਪਰ ਪੂਰਾ ਕੰਪਲੀਟ ਪੇਪਰ ਤੁਹਾਨੂੰ ਮੈਂ ਇਹ ਕਰਵਾਇਆਗਾ ਠੀਕ ਹੈ ਜੀ ਜੇਕਰ ਤੁਹਾਨੂੰ ਇਹਦੇ ਆਨਸਰ ਚਾਹੀਦੇ ਨੇ ਇੱਕ ਵਾਰੀ ਨੀਚੇ ਕਮੈਂਟ ਬਾਕਸ ਵਿੱਚ ਦੱਸ ਦੇਣਾ ਤਾਂ ਮੈਂ ਆਨਸਰਾਂ ਦੀ ਵੀਡੀਓ ਵੀ ਪਾ ਦੂੰਗਾ ਤਾਂ ਆਨਸਰਾਂ ਦੀ ਵੀਡੀਓ ਦੇ ਲਈ ਆਪਣੇ ਚੈਨਲ ਨੂੰ ਹੁਣੇ ਹੁਣੇ ਸਬਸਕ੍ਰਾਈਬ ਕਰ ਲਓ ਕਿਉਂਕਿ ਜਿੰਨੇ ਵੀ ਤੁਹਾਡੇ 12ਵੇਂ ਦੇ ਪੇਪਰ ਨੇਗੇ ਸਾਰਿਆਂ ਦੇ ਸੈਂਪਲ ਪੇਪਰ ਰਿਵੀਜ਼ਨ ਦੇ ਲਈ ਇਸ ਚੈਨਲ ਦੀ ਮਿਲਣਗੇ ਤਾਂ ਚੈਨਲ ਹੁਣੇ ਹੁਣੇ ਸਬਸਕ੍ਰਾਈਬ ਕਰ ਲਓ ਅਤੇ ਜੇਕਰ ਤੁਹਾਨੂੰ ਇਸ ਪੇਪਰ ਦਾ ਪੀਡੀਐਕਸ ਚਾਹੀਦਾ ਪੀਡੀਐਫ ਦੇ ਲਈ ਆਪਣੇ ਜਿਹੜਾ ਹੈਗਾ ਟੈਲੀਗ੍ਰam ਗਰੁੱਪ ਆ ਟੈਲੀਗ੍ਰam ਗਰੁੱਪ ਨੂੰ ਜਾ ਕੇ ਜੁਆਇਨ ਕਰ ਲਓ ਉੱਥੇ ਤੁਹਾਨੂੰ ਹਰੇਕ ਪੇਪਰ ਦਾ ਪ ਪਹੁੰਚ ਜਾਵੇ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ